ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆ ਜਾਓ ਆ ਜਾਓ, ਟਰੱਕ ਵਾਲਾ ਬੰਦ ਕਰ ਲਈ, ਆਵਾਜ਼ ਥੋੜ੍ਹੀ ਸਾਫ਼ ਆਏਗੀ। ਆ ਗਿਆ ਪਰਮਜੀਤ ਸਿੰਘ, ਚਲੋ ਆ ਜਾਓ ਸਾਰੇ, ਫਿਰ ਗੱਲਬਾਤ ਸ਼ੁਰੂ ਕਰੀਏ। ਕਿਹੜੇ ਪੰਗੇ 'ਚ ਪਾਤਾ ਇੰਨੀ ਬਰਫ਼ ਦੇ ਵਿੱਚ, ਦੇਖੋ ਟਰੱਕ ਬੰਦ ਕਰਕੇ ਵੀਡੀਓ ਬਣਾਉਣੀ ਪੈ ਰਹੀ ਹੈ। ਸੋ ਜਿਵੇਂ ਆਪਾਂ ਅੱਗੇ ਵੀ ਬੇਨਤੀ ਕੀਤੀ ਸੀ ਕਿ ਕੱਲ੍ਹ ਸਾਰੇ ਜਿਹੜੇ ਸਾਡੇ ਈਸਾਈ ਵੀਰ ਨੇ, ਬਈ ਤੁਸੀਂ ਜਿਹੜਾ ਆਪਣਾ ਕੰਮ ਕਰ ਰਹੇ ਹੋ ਕਰੀ ਚੱਲੋ। ਸਤਵੰਤ ਸਿੰਘ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਬਾਬਾ ਵਿਸਾਖ ਸਿੰਘ ਜੀ, ਕੀ ਹਾਲ ਚਾਲ ਨੇ? ਪਰਮਵੀਰ ਹਵਾ ਜੀ ਬਾਰੀ। ਸੋ ਉਹੀ ਗੱਲਾਂ ਚੱਲ ਰਹੀਆਂ ਵੀ ਜੋ ਤੁਸੀਂ ਕਰ ਰਹੇ ਆਪਣਾ ਕਰੀ ਚੱਲੋ। ਹੁਣ ਗਿਆਨੀ ਜੀ ਨੇ ਜੋ ਆਖਿਆ ਤੁਸੀਂ ਉਹਦੇ ਪਰਚਾ ਕਰਵਾਤਾ, ਪਰ ਜੋ ਤੁਹਾਡੇ ਲੱਡੂ ਜੇ ਪਾਸਟਰ ਰੌਲਾ ਪਾ ਰਹੇ ਨੇ ਉਹਦੇ ਬਾਰੇ ਕੀ ਵਿਚਾਰ ਨੇ? ਹੁਣ ਇੱਕ ਵੀਡੀਓ ਮੈਨੂੰ ਸਿੰਘਾਂ ਨੇ ਭੇਜੀ ਹੈ, ਕਿਉਂਕਿ ਮੈਂ ਗੱਲ ਕਿਹਾ ਸੀ ਵੀ ਮੈਂ ਨਹੀਂ ਬੋਲਾਂਗਾ ਹੋਰ ਜ਼ਿਆਦਾ, ਕਿਉਂਕਿ ਲਾਸਟ ਟਾਈਮ ਮੇਰੀ ਜਿਹੜੇ ਬਹੁਤ ਪਿਆਰੇ ਸੱਜਣ ਸੀ ਸਾਡੇ, ਉਹਨਾਂ ਨਾਲ ਗੱਲਬਾਤ ਹੋ ਗਈ ਸੀਗੀ ਅਤੇ ਬਾਈਬਲ ਉੱਤੇ, ਵੀ ਮੈਂ ਨਹੀਂ ਬੋਲਾਂਗਾ ਦੁਬਾਰਾ ਅਤੇ ਤੁਸੀਂ ਵੀ ਨਾ ਬੋਲਿਓ। ਸੋ ਉਹ ਵੀ ਨਹੀਂ ਬੋਲੇ, ਸਾਡੀ ਅਜੀਬ ਫੋਨ 'ਤੇ ਗੱਲਬਾਤ ਹੁੰਦੀ ਹੈ, ਅੱਛੇ ਦੋਸਤ ਨੇ। ਪਰ ਜਿਹੜੇ ਆਹ ਹੁਣ ਬੋਲਦੇ ਪਏ ਨੇ, ਇਹਨਾਂ ਦਾ ਜਵਾਬ ਇਸ ਕਰਕੇ ਨਹੀਂ ਦੇਣਾ ਕਿ ਉਹ ਈਸਾਈ ਕੁਛ ਕਹਿ ਰਹੇ ਨੇ, ਇਸ ਕਰਕੇ ਦੇਣਾ ਤਾਂ ਕਿ ਜਿਹੜੇ ਉਹ ਕੁਫਰ ਤੋਲਦੇ ਪਏ ਨੇ ਕਿਤੇ ਕਿਸੇ ਹੋਰ ਭੋਲੇ ਸਿੱਖ ਦੇ ਉੱਤੇ ਆਪਣਾ ਅਸਰ ਨਾ ਛੱਡ ਜਾਣ। ਸੋ ਆਪਣੇ ਵਾਸਤੇ ਦੇਣਾ, ਜਿਹੜਾ ਉਹ ਕੱਲ੍ਹ ਕਹਿ ਰਿਹਾ ਬਈ ਪੁਨਰਾ ਸੰਸਕਾਰ ਕਰਦਾ ਸੀਸਾ ਸ੍ਰੀ ਅਸਕੇ ਜਗਤ ਕੇ ਸਭ ਭੋਗ ਸ੍ਰਿਸ਼ਤੇ ਭਈ ਸਭ ਆਨ ਵਧਾਈ ਦਈ ਧਨ ਧਨ ਲੋਕਾਂ ਕੇ ਰਾਜਾ ਦੁਸ਼ਟਨ ਦਾ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਨਮ ਲੇ ਉਭਾਰੇ। ਉਹ ਕਹਿ ਰਿਹਾ ਕਿ ਜਿਹੜਾ ਆਪਣਾ ਜੀਜਸ ਹੈ ਉਹ ਜਗਤ ਦਾ ਈਸਾ ਹੈ, ਕਿਉਂਕਿ ਉੱਥੇ ਗਿਆ ਸ੍ਰੀ ਅਸਕੇ ਜਗਤ ਕੇ ਈਸਾ। ਜਿਵੇਂ ਯਤੀਮ ਨਾ ਮੇਲੇ 'ਚ ਹਰ ਇੱਕ ਬੰਦੇ 'ਚ ਆਪਣਾ ਪਿਓ ਬਹਿੰਦਾ ਹੈ ਨਾ, ਯਤੀਮ ਬੱਚਾ ਮੇਲੇ 'ਚ ਹੋਵੇ ਪਿਓ ਨਹੀਂ ਹੁੰਦਾ, ਬਾਕੀ ਬੱਚਿਆਂ ਦੇ ਪਿਓ ਖਿਡੌਣੇ ਲੈ ਕੇ ਦੇ ਰਹੇ ਨੇ, ਮਿਠਾਈਆਂ ਲੈ ਕੇ ਦੇ ਰਹੇ ਨੇ, ਅਤੇ ਉਹ ਹਰੇਕ 'ਚ ਆਪਣਾ ਪਿਓ ਬਹਿੰਦਾ। ਇਸੇ ਤਰ੍ਹਾਂ ਇਹ ਵਿਚਾਰੇ ਆਪਣਾ ਬਾਈਬਲ ਦੇ ਵਿੱਚੋਂ ਤਾਂ ਨਹੀਂ ਇਹ ਸਾਬਿਤ ਕਰ ਸਕਣਗੇ ਕਿ ਜੀਜਸ ਇਜ਼ ਸਨ ਆਫ ਗੋਡ ਜਾਂ ਜੀਜਸ ਇਜ਼ ਗੋਡ, ਇਸ ਕਰਕੇ ਇਹ ਦੂਜੇ ਗ੍ਰੰਥਾਂ ਦਾ ਸਹਾਰਾ ਲੈ ਰਹੇ ਨੇ। ਹੁਣ ਇਹ ਅਗਰ ਇਹਨਾਂ ਨੇ ਵਨ ਲਾਈਨਰ ਚੱਕ ਕੇ ਅਤੇ ਬਿਨਾਂ ਕੰਟੈਸਟ ਗੇਮ ਖੇਡਣੀ ਹੈ ਨਾ, ਅਤੇ ਬਿਨਾਂ ਕੰਟੈਸਟ ਦੀ ਗੱਲ ਕਰਨੀ ਹੈ, ਅਤੇ ਇਹ ਬਹੁਤ ਬੁਰੇ ਫਸਣਗੇ। ਪਿਛਲੀ ਵਾਰੀ ਇਹ ਰੋਂਦੇ ਸੀ ਮੇਰੇ ਕੋਲ ਵੀ ਤੁਸੀਂ ਕੰਟੈਸਟ ਵਿੱਚ ਗੱਲ ਕਰੋ। ਹੁਣ ਜਿਹੜਾ ਕੰਟੈਸਟ ਹੈ ਚਰਿੱਤਰ ਨੰਬਰ 404 ਹੈ। ਹੁਣ ਅਗਰ ਇਹ ਜੀਜਸ ਨੂੰ ਉਹ ਈਸ਼ਾ ਮੰਨਦੇ ਪਏ ਨੇ, ਉਹ ਤਾਂ ਹਿੰਦੂਆਂ ਦਾ ਜਿਹੜਾ ਸਾਡਾ ਮੈਥੋਲੋਜੀਕਲ ਰੈਫਰੈਂਸ ਆ, ਕਿਉਂਕਿ ਚਰਿੱਤਰ ਉਪਾਖਿਆਨ ਕਹਾਣੀਆਂ ਨੇ ਕਿਤੇ ਕਿਤੋਂ ਆਈਆਂ ਹੋਈਆਂ ਨੇ ਕਲਗੀ ਧਰ ਪ੍ਰਧਾ ਨੇ, ਇਹ ਤਾਂ ਲਈ ਸੀ ਚਰਿੱਤਰ 404 ਤਾਂ ਕਿ ਜਿਹੜੇ ਹਿੰਦੂ ਸਭ ਕੁਝ ਛੱਡ ਗਏ ਸੀ ਨਾ, ਆਪਣੀ ਕਰਦਾ ਵਿਚਾਰੇ ਰੱਖ ਗਏ ਸੀ ਅਤੇ ਉਹ ਡਰਦੇ ਤਲਵਾਰ ਨਹੀਂ ਸੀ ਚੱਕਦੇ, ਕਮਜ਼ੋਰ ਹੋ ਗਏ ਸੀ, ਅਤੇ ਉਹਨਾਂ ਦਾ ਜਿਹੜਾ ਗੁਰੂ ਸਾਹਿਬ ਨੇ ਉਹਨਾਂ ਨੂੰ ਉਹਨਾਂ ਦੇ ਜਿਹੜੇ ਪੁਰਾਤਨ ਇਤਿਹਾਸ ਦਰਸ਼ਨ ਕਰਾਏ ਵੀ ਤੁਹਾਡੇ ਜਿਹੜੇ ਪੁਰਖੇ ਹੋਏ ਨੇ, ਤੁਹਾਡੇ ਜਿਹੜੇ ਤੁਸੀਂ ਆਪਣੇ ਰੱਬ ਮੰਨਦੇ ਰਹੇ ਹੋ ਉਹ ਸਾਰੇ ਸ਼ਸਤਰਧਾਰੀ ਹੋਏ ਨੇ, ਸਾਰੇ ਜੰਗਾਂ ਯੁੱਧਾਂ ਕਰਨ ਵਾਲੇ ਹੋਏ ਨੇ। ਇਸ ਕਰਕੇ ਜਦੋਂ ਇਹ ਚੀਜ਼ਾਂ ਲਿਖੀਆਂ ਗਈਆਂ ਤਾਂ ਬਹੁਤ ਸਾਰੇ ਜਿਹੜੇ ਹਿੰਦੂ ਸੀ ਉਹ ਸਿੱਖ ਬਣੇ ਉਹਨਾਂ ਦਿਨਾਂ ਦੇ ਵਿੱਚ, ਸਿੰਘ ਸੱਜੇ। ਸੋ ਇਹ ਉਹਨਾਂ ਵਾਸਤੇ ਸੀ ਜਿਹਦੇ ਈਸਾ ਉਹੀ ਹੈ ਜਿਹੜਾ ਇਹ ਕਹਿੰਦਾ ਪਿਆ, ਫਿਰ ਤਾਂ ਇਹਨਾਂ ਨੂੰ ਹਿੰਦੂ ਹੋ ਜਾਣਾ ਚਾਹੀਦਾ, ਕਿਉਂਕਿ ਹਿੰਦੂਆਂ ਦਾ ਈਸਾ ਹੈ, ਹਿੰਦੂ ਪਹਿਲਾਂ ਆਏ ਨੇ, ਈਸਾ ਬਾਅਦ 'ਚੋਂ ਆਇਆ, ਪਹਿਲੀ ਗੱਲ ਇਹ। ਉਹ ਤੋਂ ਉੱਪਰਲੀਆਂ ਪੰਕਤੀਆਂ ਕਹਿ ਰਹੇ ਨੇ ਸ੍ਰੀ ਅਸਕੇ ਅਤੇ ਜਗਤ ਕੇ ਨਾਥਾ, ਇਹ ਥੱਲੇ ਈਸਾ ਲਿਖਿਆ ਉੱਤੇ ਨਾਥਾ ਲਿਖਿਆ ਹੋਇਆ, ਨਾਥ ਜਿਹੜਾ ਹਿੰਦੂ ਟਰਮੀਨੋਲੋਜੀ ਹੈ। ਸੋ ਜਾਂ ਤਾਂ ਇਹ ਮੰਨਦੇ ਨੇ ਕਿ ਜਿਹੜਾ ਈਸਾ ਉਹ ਹਿੰਦੂ ਹੈ, ਅਤੇ ਇਹ ਵੀ ਸਾਰੇ ਹਿੰਦੂ ਹੀ ਨੇ ਅਲੱਗ ਸ਼ੇਪ ਦੇ ਵਿੱਚ। ਦੂਸਰਾ ਜਿਹੜਾ ਇਹ ਇਹਦੀ ਨਿਸ਼ਾਨੀ ਹੈ ਸ੍ਰੀ ਅਸਕੇ, ਉਹਦੇ ਹੱਥ 'ਚ ਖੰਡਾ ਪਕੜਿਆ ਹੋਇਆ, ਉਹਦੇ ਹੱਥ 'ਚ ਤਲਵਾਰ ਪਕੜੀ ਹੋਈ ਹੈ, ਉਹ ਸ਼ਸਤਰਧਾਰੀ ਹੈ।
ਪਰ ਇੱਥੇ ਜਿਹੜਾ ਇਹਨਾਂ ਦਾ ਹਿੱਸਾ ਉਹਦੇ ਹੱਥ 'ਚ ਕਿੱਲ ਵੱਜਿਆ ਹੋਇਆ, ਉਹ ਤੇ ਦੁਪਹਿਰ ਦੇ 3 ਵਜੇ ਤੋਂ ਰੋ ਰਿਹਾ ਉੱਚੀ ਉੱਚੀ, ਕੁਰਲਾ ਰਿਹਾ ਉੱਚੀ ਉੱਚੀ, ਮਾਈ ਗੋਡ ਵਾਈ ਹੈਵ ਯੂ ਫੋਰਸੇਕਨ ਮੀ, ਬਈ ਬਈ ਪਰਮੇਸ਼ਰ ਤੂੰ ਮੈਨੂੰ ਕਿਉਂ ਆਪਣੇ ਤੋਂ ਵਿਸਾਰ ਦਿੱਤਾ, ਮੈਨੂੰ ਕਿਉਂ ਭੁੱਲ ਗਿਆ। ਇੱਕ ਕੇਲਾ ਹੱਥ 'ਚ ਵੱਜਿਆ ਤੇ ਚੀਕਾਂ ਮਾਰ ਕੇ ਸ਼ਿਕਾਇਤਾਂ ਕਰ ਰਿਹਾ। ਇੱਥੇ ਸਾਡੇ ਸਿੰਘ ਜਿਹੜੇ ਨੇ ਉਹ ਬੰਦ ਬੰਦ ਕਟਵਾ ਰਹੇ ਨੇ ਚੜ੍ਹਦੀ ਕਲਾ ਦੇ ਜੈਕਾਰੇ ਛੱਡਦੇ ਹੋਏ, ਡੇਗਾਂ 'ਚ ਉਬਲਦੇ ਪਏ ਨੇ। ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸਾਹਿਬਜ਼ਾਦੇ ਦਾ ਜਿਹੜਾ ਕਾਲਜ ਆਪਣੇ ਮੂੰਹ 'ਚ ਪਵਾ ਰਿਹਾ, ਸਿੱਖਾਂ ਦੀਆਂ ਮਾਤਾਵਾਂ ਆਪਣੇ ਬੱਚਿਆਂ ਦੇ ਟੋਟੇ ਟੋਟੇ ਕਰਵਾ ਕੇ ਆਪਣੇ ਗਲਾਂ 'ਚ ਪਵਾ ਰਹੀਆਂ ਨੇ, ਉਹਦੇ ਸ਼ੁਕਰਾਨਾ ਕਰ ਰਹੀਆਂ ਨੇ। ਪਰ ਇਹ ਜਿਹਨੂੰ ਜਗਤ ਦਾ ਨਾਥ, ਜਗਤ ਦਾ ਇਸ਼ਕ ਕਹਿ ਰਹੇ ਨੇ, ਉਹ ਤੇ ਰੋ ਰਿਹਾ ਹੈ ਕਿੱਲ ਵੱਜਣ 'ਤੇ। ਮੈਂ ਬੋਲਣਾ ਨਹੀਂ ਚਾਹੁੰਦਾ, ਪਰ ਜੋ ਤੁਸੀਂ ਕਰ ਰਹੇ ਹੋ ਨਾ, ਇਹਦਾ ਜਵਾਬ ਮੈਨੂੰ ਦੇਣਾ ਪੈਣਾ। ਮੈਂ ਸਾਰੇ ਜਿਹੜੇ ਮੇਰੇ ਮਿੱਤਰ ਨੇ, ਮੈਂ ਉਹਨਾਂ ਕੋਲ ਮਾਫ਼ੀ ਮੰਗਦਾ, ਉਹ ਤੁਸੀਂ ਫੋਨ ਕਰਕੇ ਮੈਨੂੰ ਭਾਵੇਂ ਗਾਲਾਂ ਕੱਢ ਲਿਓ, ਲੜ ਲਿਓ ਮੇਰੇ ਨਾਲ, ਪਰ ਇਹ ਮੈਨੂੰ ਆਪਣੇ ਵੀਰਾਂ ਵਾਸਤੇ ਕੰਮ ਕਰਨਾ ਪੈਣਾ। ਸੋ ਉਹਦੇ ਵਿੱਚ ਜਿਹੜਾ ਇਹ ਕਹਿ ਰਿਹਾ ਵੀ ਉਹ ਪਹੁ ਪਨ ਗਗਨ ਦ੍ਰਿਸ਼ਤੇ ਪਏ ਸਭ ਇਹਨਾਂ ਆਨ ਵਧਾਈ ਦੇਈ, ਉਹ ਗੱਲ ਕਰ ਰਿਹਾ ਕਿ ਮਰੀਅਮ ਨੂੰ ਜਦੋਂ ਅਲਹਾਮ ਹੋਇਆ ਵੀ ਤੇਰੇ ਕੁਵਾਰੀ ਮਾਂ 'ਚ ਬੱਚਾ ਪੈਦਾ ਹੋਏਗਾ। ਜਿਹੜੀ ਇਹ ਪ੍ਰੋਫੈਸੀ ਹੈ ਨਾ, ਇਹ ਪ੍ਰੋਫੈਸੀ ਇਹ ਕਹਿੰਦੀ ਹੈ ਕਿ ਜਦੋਂ ਉਹਦੇ ਕੰਨ 'ਚ ਫਰਿਸ਼ਤੇ ਨੇ ਆਖਿਆ ਵੀ ਤੈਨੂੰ ਕੁਵਾਰੀ ਮਾਂ 'ਚ ਹੋਏਗੀ ਤੇ ਬੱਚਾ ਪੈਦਾ ਹੋਏਗਾ, ਰੱਬ ਦਾ ਨੂਰ ਤੇਰੇ ਗਰਭ 'ਚ ਉਤਰੇਗਾ। ਜਿਹੜੀ ਇਹ ਦੁਨੀਆ ਹੈ ਨਾ, ਇਹ ਦੁਨੀਆ ਉਹਨੂੰ ਇਮੈਨੂਅਲ ਕਰਕੇ ਯਾਦ ਰੱਖੇਗੀ, ਪਰ ਇਮੈਨੂਅਲ ਤੇ ਨਾਂ ਨਹੀਂ ਜੀਜਸ, ਉਹਦਾ ਤਾਂ ਨਾਂ ਈਸਾ ਜੀਜਸ ਹੈ। ਦੁਨੀਆ 'ਚ ਉਹਨੂੰ ਇਮੈਨੂਅਲ ਤੇ ਕੋਈ ਨਹੀਂ ਕਹਿ ਰਿਹਾ। ਇਸੇ ਕਰਕੇ ਇਹ ਜਿਹੜੇ ਸਾਡੇ ਗ੍ਰੰਥਾਂ ਦੇ ਵਿੱਚੋਂ ਆਪਣੇ ਰੱਬ ਲੱਭਦੇ ਫਿਰਦੇ ਨਾ, ਜਿਹੜੇ ਕਹਿੰਦੇ ਨੇ ਸ਼ਬਦੋ ਧਰਤੀ ਸ਼ਬਦੋ ਕਾਸ਼, ਇਹ ਕਿੱਥੇ ਲਿਖੀਆਂ ਪੰਕਤੀਆਂ ਗੁਰਬਾਣੀ ਦੇ ਵਿੱਚ? ਕੋਟ ਕਰਕੇ ਦੱਸਿਓ। ਜੇ ਇਹਨੂੰ ਤੁਸੀਂ ਉਸ ਵਕਤ ਉਹਨੇ ਇਮੈਨੂਅਲ ਕਿਹਾ ਸੀ, ਜੀਜਸ ਨੇ ਨਹੀਂ ਆਖਿਆ, ਔਰ ਇਮੈਨੂਅਲ ਇਹਨੂੰ ਦੁਨੀਆਂ 'ਚ ਕੋਈ ਨਹੀਂ ਕਹਿੰਦਾ। ਇਸ ਕਰਕੇ ਜਿਹੜਾ ਜੂਰੀਜ਼ਮ ਹੈ, ਜਿਹੜੇ ਅਸਲੀ ਧਰਮ ਹੈ, ਇਹ ਜੂਇਸ਼ ਹੈ, ਇਹਨਾਂ ਨੇ ਅਗਾਂਹ ਇਹਨੂੰ ਲਿਆ ਹੈ। ਔਰ ਜਿਹੜਾ ਨਿਊ ਟੈਸਟਾਮੈਂਟ ਹੈ, ਉਹਦੇ ਵਿੱਚ ਇਹਨਾਂ ਨੇ ਧੱਕੇ ਦੇ ਨਾਲ ਫੋਰਸਫੁਲੀ ਕੁਛ ਚੀਜ਼ਾਂ ਵਾੜੀਆਂ, ਉਹਦੀਆਂ ਰਿਜ਼ਰੈਕਸ਼ਨ ਦੀਆਂ ਜਿਹੜੀਆਂ ਨੇ ਉਹ ਫੋਰਸਫੁਲੀ 'ਚ ਐਡ ਕੀਤੀਆਂ ਗਈਆਂ ਨੇ ਬਾਅਦ ਵਿੱਚ। ਸੋ ਮੈਂ ਅਗਰ ਪਿਛਲੇ ਵੇਖੋ 'ਚ ਮੈਂ ਸਭ ਕੁਝ ਦੱਸਿਆ ਹੋਇਆ, ਸੋ ਮੈਂ ਦੁਬਾਰਾ ਰਿਪੀਟ ਨਹੀਂ ਕਰਨਾ ਚਾਹੁੰਦਾ, ਕਿ ਮੇਰੇ ਯਾਰ ਦੋਸਤ ਵਿੱਚ ਬਹੁਤ ਸਾਰੇ, ਜਿਵੇਂ ਕੱਲ੍ਹ ਬੇਨਤੀ ਕੀਤੀ ਵੀ ਬੜਾ ਕ੍ਰਿਸ਼ਚਨ ਇੱਥੇ ਸਾਡਾ ਭਾਈਚਾਰਾ, ਮੈਂ ਬਾਈਬਲ ਪੜ੍ਹਾਉਂਦਾ ਵੀ ਹਾਂ ਬੱਚਿਆਂ ਨੂੰ, ਮੇਰਾ ਖੁਦ ਦਾ ਬੇਟਾ ਸਟੱਡੀ ਕਰ ਰਿਹਾ, ਔਰ 47 ਉੱਪਰ ਬਾਈਬਲ ਮੇਰੇ ਕੋਲ ਖੁਦ ਕੋਲ ਪਈਆਂ ਹੋਈਆਂ ਨੇ। ਸੋ ਇਸ ਕਰਕੇ ਇਹ ਚੀਜ਼ਾਂ ਅਗਰ ਇਹਨਾਂ ਨੇ ਵਨ ਲਾਈਨ ਕੋਟ ਕਰਨੇ ਨੇ, ਆਊਟ ਆਫ ਕੋਨਟੈਕਸਟ ਚੱਲਣਾ ਹੈ, ਤਾਂ ਫਿਰ ਜੇ ਇੱਦਾਂ ਇਹਨਾਂ ਗੇਮ ਖੇਲਣੀ ਹੈ, ਇੱਦਾਂ ਚੱਲਣਾ ਹੈ, ਤਾਂ ਮੈਂ ਮਾਫ਼ੀ ਮੰਗ ਕੇ ਗੱਲ ਕਹਿੰਦਾ ਵੀ ਜੇ ਤੁਸੀਂ ਕਹਿੰਦੇ ਜੀਜਸ ਸਨ ਆਫ ਗੌਡ ਹੈ, ਰੱਬ ਦਾ ਬੰਦਾ ਹੈ, ਉਹਦਾ ਪੁੱਤਰ ਜੀਜਸ ਰੱਬ ਦਾ ਹੈ, ਗੱਡੀ ਮੂਵ ਕਰਨੀ ਪੈਣੀ ਯਾਰ। ਸੋ ਪਰ 2 Corinthians 4:4 ਉਹ ਇਹ ਕਹਿੰਦੀ ਹੈ ਕਿ ਸੈਟਨ ਹੂ ਇਜ਼ ਗੋਡ ਆਫ ਦਾ ਵਰਲਡ, ਸੈਟਨ ਕਹਿੰਦੇ ਸ਼ੈਤਾਨ ਨੂੰ। ਕਰੰਥੀਅਨ 2 ਜਿਹੜਾ ਚੌਥੇ ਅਧਿਆਇ ਦੇ ਚੌਥਾ ਚੈਪਟਰ 4 ਦਾ ਜਿਹੜਾ ਚੌਥਾ ਵਰਸ ਕਹਿੰਦਾ ਹੈ, ਸ਼ੈਤਾਨ ਦੁਨੀਆਂ ਦਾ ਰੱਬ ਹੈ ਉਸ ਵਕਤ ਜਦ ਇਹ ਆਇਆ ਧਰਤੀ ਤੇ। ਅਗਰ ਸ਼ੈਤਾਨ ਦੁਨੀਆਂ ਦਾ ਰੱਬ ਹੈ ਤੇ ਕੀ ਇਹ ਜੀਸਸ ਕਿਤੇ ਸ਼ੈਤਾਨ ਦਾ ਪੁੱਤਰ ਤਾਂ ਨਹੀਂ, ਜਿਹਨੂੰ ਫਿਰ ਇਹਨਾਂ ਨੇ ਯਹੂਦੀਆਂ ਨੇ ਬਾਅਦ 'ਚ ਕਿੱਲ ਮਾਰ ਮਾਰ ਕੇ ਟੰਗਿਆ ਨੂੰ ਸਲੀਬ ਦੇ ਉੱਤੇ? ਮੈਂ ਨਹੀਂ ਕਹਿ ਰਿਹਾ, ਕਰੰਥੀਅਨ ਕਹਿ ਰਹੀ ਹੈ, ਔਰ ਇਹਨਾਂ ਨੇ ਆਊਟ ਆਫ ਕੰਟੈਸਟ ਗੱਲ ਕੀਤੀ। ਇਸ ਕਰਕੇ ਮੈਂ ਵੀ ਆਊਟ ਆਫ ਕੰਟੈਸਟ ਗੱਲ ਕਰ ਰਿਹਾ, ਕਿ ਜਦੋਂ ਅਸੀਂ ਆਊਟ ਆਫ ਕੰਟੈਸਟ ਜਾਵਾਂਗੇ ਤੇ ਕਿੱਦਾਂ ਚੀਜ਼ਾਂ ਬਦਲਦੀਆਂ ਨੇ। ਕੋਰਿੰਥੀਅਨ 2:4 ਕਹਿ ਰਿਹਾ ਹੈ ਕਿ ਸੈਟਨ ਹੂ ਇਜ਼ ਦਾ ਗੋਡ ਆਫ ਦਾ ਵਰਲਡ, ਸ਼ੈਤਾਨ ਜਿਹੜਾ ਉਸ ਵਕਤ ਰੱਬ ਦਾ ਜਿਹੜਾ ਦੁਨੀਆਂ ਦਾ ਰੱਬ ਸ਼ੈਤਾਨ ਹੈ, ਇਹ ਕਹਿੰਦੇ ਜੀਸਸ ਇਜ਼ ਸਨ ਆਫ ਗੋਡ, ਤੇ ਕਿਤੇ ਜੀਸਸ ਉਹਦਾ ਪੁੱਤਰ ਤਾਂ ਨਹੀਂ ਸੀ ਜਿਹਨੂੰ ਉਹਨੇ ਟੰਗਿਆ ਬਾਅਦ ਚੋਂ ਯਹੂਦੀਆਂ ਨੇ? ਮੈਂ ਫਿਰ ਮਾਫ਼ੀ ਮੰਗ ਕੇ ਗੱਲ ਕਹਿ ਰਿਹਾ, ਕਿਉਂਕਿ ਮੇਰੇ ਦੋਸਤ ਵੀ ਹੈਗੇ ਨੇ ਸਾਈ, ਫੋਨ 'ਤੇ ਮੈਨੂੰ ਬਾਅਦ 'ਚ ਗੱਲ ਕਰ ਲਿਓ, ਹੁਣ ਇਹ ਜਵਾਬ ਦੇਣਾ ਬਹੁਤ ਜ਼ਰੂਰੀ ਹੈ। ਸੋ ਅਗਰ ਇਸ ਤਰ੍ਹਾਂ ਚੱਲਣਾ ਹੈ ਨਾ, ਤਾਂ ਫਿਰ ਬਹੁਤ ਬੁਰੇ ਫਸੋਗੇ, ਕਿਉਂਕਿ ਬਾਈਬਲ ਦੇ ਵਿੱਚ ਗੋਡ ਨਾਂ ਦਾ ਕੋਨਸੈਪਟ ਨਹੀਂ ਹੈ,
ਪਲੂਰਲ ਨਹੀਂ ਹੈ, ਗੋਡਸ ਹੈ। ਕਿਉਂਕਿ ਜਿਹੜੀ ਬਾਈਬਲ ਸਾਡੇ ਕੋਲ ਹੀਬਰੂ ਹੈ ਔਰ ਅਰਲੀ ਜਿਹੜੀ ਬਿਬਲਿਕਲ ਟ੍ਰਾਂਸਲੇਸ਼ਨ ਅਸੀਂ ਉਹਦੇ ਬਾਰੇ ਉਹਦੇ ਬਿਹਾਫ 'ਤੇ ਮੈਂ ਗੱਲ ਕਰ ਰਿਹਾ, ਜਿਹੜੀ ਪੰਜਾਬੀ ਇਹਨਾਂ ਕੋਲ ਬਾਈਬਲ ਹੈ ਉਹ ਨਖਿੱਦ ਬਾਈਬਲ ਹੈ, ਉਹ ਬਿਲਕੁਲ ਰੋਂਗ ਟ੍ਰਾਂਸਲੇਸ਼ਨਸ ਨੇ। ਦੂਸਰੀ ਗੱਲ, ਜਿਹੜੇ ਆਪਣੇ ਨਾਂ ਤੋਂ ਸਿੰਘ ਜਾਂ ਸੰਧੂ ਇਹ ਨਹੀਂ ਉਤਾਰਦੇ ਔਰ ਈਸਾਈ ਧਰਮ ਕਬੂਲ ਕਰਦੇ ਨੇ, ਪੱਗਾਂ ਨਹੀਂ ਉਤਾਰਦੇ, ਆਪਣਾ ਰੂਪ ਨਹੀਂ ਵਟਾਉਂਦੇ, ਉਹ ਸਾਰੇ ਨਰਕਾਂ ਦੇ ਭਾਗੀ ਨੇ। ਕਿਉਂਕਿ ਜੀਸਸ ਨੇ ਕਿਹਾ ਸੀ ਜੇ ਤੁਸੀਂ ਮੇਰੇ ਤੋਂ ਇਸ ਸੰਸਾਰ 'ਚ ਮੁਨਕਰ ਹੋਵੋਗੇ ਮੈਂ ਉਸ ਸਵਰਗ ਵਿੱਚ ਆਪਣੇ ਬਾਪ ਸੋਹਣੇ ਤੁਹਾਡੇ ਤੋਂ ਮੁਨਕਰ ਹੋ ਜਾਵਾਂਗਾ। ਸੋ ਤੁਸੀਂ ਜਿਹੜੇ ਐਸ ਸੀ ਕੋਟੇ ਦੇ ਬੈਨੀਫਿਟ ਲੈਣ ਵਾਸਤੇ ਤੁਸੀਂ ਰਾਸ਼ਨ ਕਾਰਡਾਂ ਦੇ ਵਿੱਚ ਆਪਣਾ ਨਾਂ ਨਹੀਂ ਚੇਂਜ ਕਰਦੇ, ਮਰਦਮਸ਼ੁਮਾਰੀ ਹੁੰਦੀ, ਤੁਸੀਂ ਕਹਿੰਦੇ ਜੀ ਅਸੀਂ ਸਿੱਖ ਹਾਂ, ਅਸੀਂ ਸ਼ਡਿਊਲ ਕਾਸਟ ਹਾਂ, ਫਿਰ ਤੁਸੀਂ ਉਹਨਾਂ ਦੇ ਬੈਨੀਫਿਟ ਲੈਂਦੇ ਹੋ, ਸੰਸਾਰ 'ਤੇ ਲੈ ਲਓਗੇ ਪਰ ਸਵਰਗਾਂ 'ਚ ਤੁਸੀਂ ਨਰਕਾਂ ਦੀ ਅੱਗ ਵਿੱਚ ਸੜੋਗੇ। ਨਰਕਾਂ ਦੀ ਅੱਗ ਕੀ ਹੁੰਦੀ ਹੈ ਤੁਹਾਨੂੰ ਤੁਹਾਡੇ ਬੰਦੇ ਦੱਸਣਗੇ ਵੀ ਨਰਕਾਂ ਦਾ ਕੌਂਸਲ ਜਿਹੜਾ ਕੌਂਸਲ ਇਹਦੇ ਵਿੱਚ ਕੀ ਬਾਈਬਲ ਦੇ ਵਿੱਚ। ਸੋ ਜਿੱਥੇ ਆ ਗਿਆ ਪੁਨਰ ਸਿਸਕਾ ਘਾਟਾ ਸੀਸਾ, ਇਹਦੇ ਬਾਰੇ ਇੱਕ ਹੋਰ ਹੈ, ਮੈਥਿਊ ਚੈਪਟਰ 5:44 ਉਹਦੇ 'ਚ ਮੈਥਿਊ ਕਹਿ ਰਿਹਾ ਹੈ ਕਿ ਲਵ ਯੂਰ ਐਨੀਮੀਸ, ਕਹਿੰਦਾ ਯੂ ਨੋ ਦਾ ਲਾ, ਲਵ ਯੂਰ ਨੇਬਰਸ, ਹੇਟ ਯੂਰ ਐਨਮੀ, ਬਟ ਆਈ ਸੇ ਲਵ ਯੂਰ ਐਨਮੀ। ਹੁਣ ਉਹ ਕਹਿੰਦਾ ਵੀ ਤੁਸੀਂ ਆਪਣੇ ਐਨਮੀਜ਼ ਨੂੰ ਪਿਆਰ ਕਰੋ, ਇਹ ਇਹਨਾਂ ਦੇ ਲਾਜ਼ ਨੇ, ਅਤੇ ਜਿਹੜਾ ਲਾਅ ਤੋੜੇਗਾ ਉਹ ਤਾਂ ਨਰਕਾਂ ਦਾ ਭਾਗੀ, ਅਤੇ ਜੀਜਸ ਤਾਂ ਕਹਿੰਦੇ ਸਿਰ ਵੜਦਾ ਫਿਰ ਤਾਂ ਲੋਕਾਂ ਦੇ, ਅਤੇ ਜੀਜਸ ਜਿਹੜਾ ਫਿਰ ਉਹ ਨਰਕਾਂ ਦਾ ਭਾਗੀ ਹੋਏਗਾ ਅਕੋਰਡਿੰਗ ਟੂ ਦ ਬਾਈਬਲ। ਮੈਂ ਆਪਣੇ ਵੱਲੋਂ ਨਹੀਂ ਕੁਛ ਕਹਿ ਰਿਹਾ, ਅਗਰ ਮੈਂ ਕੋਟ ਸਾਧਨ ਮੈਂ ਵਰਸਿਸ ਦੇ ਦਾਂਗਾ ਉੱਥੇ, ਕਿਉਂਕਿ ਮੈਂ ਡਰੱਗ ਚਲਾ ਰਿਹਾ, ਮੈਨੂੰ ਬਹੁਤ ਸਾਰੀ ਚੀਜ਼ਾਂ ਕਾਫੀ ਜਿਹੜੀ ਆਊਟ ਆਫ ਕੰਟੈਕਸਟ ਯਾਦ ਨਹੀਂ ਆ ਰਹੀਆਂ। ਸੋ ਮੈਥਿਊ ਇਹ ਲੱਭ ਲੈਣ ਇੱਥੇ ਲਿਖਿਆ, ਇਹਨਾਂ ਲੱਭ ਜਾਏਗਾ ਸਾਰਾ। ਉਹ ਕਹਿੰਦੇ ਲਵ ਯੂ ਐਨਮੀਜ਼, ਪਰ ਇਹ ਕਹਿੰਦੇ ਵੀ ਉਹ ਸਿਰ ਵੱਢ ਰਿਹਾ ਹੈ, ਕਿਉਂਕਿ ਪੁਨਰਾ ਸ਼ਸਕਾ ਕਰਦਾ ਸੀ। ਹੁਣ ਉਸੇ ਚੈਪਟਰ 404 ਚਰਿੱਤਰ ਦੇ ਵਿੱਚ ਦੇਵੀਆਂ ਨੇ, ਕਾਲੀ ਵੀ ਹੈ, ਚੰਡੀ ਵੀ ਹੈ, ਕੀ ਇਹ ਦੇਵੀਆਂ ਵੀ ਇਹ ਮੰਨਦੇ ਨੇ? ਜੇ ਮੰਨਦੇ ਨੇ ਫਿਰ ਹਿੰਦੂ ਹੀ ਹੋਵੇ, ਛੱਡੋ ਡਰਾਮੇਬਾਜ਼ੀ ਕਰਨੀ ਹੈ ਨਾ। ਦੂਸਰਾ ਜਿਹੜਾ ਇਹ ਚਰਚਾ 'ਚ ਕਰਾਮਾਤਾ ਕਰਦੇ ਨੇ, ਉਹ ਲਾਲਾ ਕਰਾਉਂਦੇ ਨੇ, ਇਹ ਸ਼ੈਤਾਨ, ਅਕੋਰਡਿੰਗ ਟੂ ਬਾਈਬਲ ਸ਼ੈਤਾਨ ਦਾ ਕੰਮ ਹੈ। ਸੋ ਇਹ ਸਾਰੇ ਜਿੰਨੇ ਪੰਜਾਬੀ ਕ੍ਰਿਸਚਨ ਨੇ ਸਾਰੇ ਸ਼ੈਤਾਨ ਨੇ, ਇਹਨਾਂ ਦਾ ਕ੍ਰਿਸਚੈਨਿਟੀ ਨਾਲ ਕੋਈ ਲੈਣ ਦੇਣ ਨਹੀਂ। ਜਦੋਂ ਇਹ ਧਰਮ ਸੰਸਾਰ 'ਤੇ ਬਹੁਤ ਸੁੰਦਰ ਸੀਗਾ, ਸਾਡੇ ਵੀ ਇੱਥੇ ਕ੍ਰਿਸਚਨ, ਮੈਂ ਕਦੇ ਜਦਕਿ ਅੱਜ ਤਾਂ ਨਹੀਂ ਜਾ ਪਾਵਾਂਗਾ, ਨੈਕਸਟ ਨੈਕਸ ਚਰਚ ਗਿਆ ਅਤੇ ਤੁਹਾਨੂੰ ਮੈਂ ਲਾਈਵ ਕਰਕੇ ਦਿਖਾਵਾਂਗਾ ਕਿੰਨਾ ਸੋਹਣਾ, ਅਤੇ ਇੱਕ ਦੂਜੇ ਵਾਸਤੇ ਪ੍ਰੇਅਰ ਕਰਦੇ ਨੇ। ਜੇ ਕੋਈ ਪਰੇਸ਼ਾਨ ਹੈ ਉਹਦੇ ਸਾਰੇ ਇਕੱਠੇ ਹੋ ਕੇ, ਸਾਰੀ ਚਰਚ ਉਹਦੇ ਇੱਕ ਬੰਦੇ ਵਾਸਤੇ ਪ੍ਰੇਅਰ ਕਰਦੀ ਹੈ, ਕੋਈ ਆਉਂਦਾ ਸਾਰੇ ਉਹਦੇ ਸਾਰੇ ਇਕੱਠੇ ਹੋ ਕੇ ਉਹਨੂੰ ਵੈਲਕਮ ਕਰਦੇ ਨੇ, ਅਤੇ ਬੜੇ ਪਿਆਰ ਨਾਲ ਮਿਲਦੇ ਗਲਦੇ ਅਸੀਂ ਚਾਹ ਪਾਣੀ ਪੀਂਦੇ ਹਾਂ, ਗੱਲਾਂ ਬਾਤਾਂ ਹੁੰਦੀਆਂ ਨੇ, ਫਿਰ ਪਾਸਟਰਸ ਨਾਲ ਮਿਲਦੇ ਹਾਂ, ਸਾਰੀ ਗੱਲਬਾਤ ਹੁੰਦੀ ਹੈ। ਇੱਥੇ ਤਾਂ ਕ੍ਰਿਸਚੈਨਿਟੀ ਬਹੁਤ ਬਿਊਟੀਫੁਲ ਹੈ, ਪਰ ਇੰਡੀਆ ਜਿਹੜੇ ਸਾਰੇ ਇਹ ਪੰਜਾਬੀਆਂ ਤੱਕ ਜੜ ਗਈ, ਕਿਉਂਕਿ ਇਹ ਉਹੀ ਪੁਰਾਣੀ ਜਿਹੜੀ ਇਹਨਾਂ ਦੀ ਮਾਨਸਿਕਤਾ ਸੀ 35,000 ਸਾਲ ਪੁਰਾਣੀ। ਜੇ ਇਸਲਾਮ ਇੰਨਾ ਸੁੰਦਰ ਧਰਮ ਦੁਨੀਆਂ 'ਚ ਚੱਲਿਆ, ਜਦੋਂ ਇਹ ਪੰਜਾਬ 'ਚ ਆਇਆ ਇਹਨਾਂ ਕਬਰਾਂ ਬਣਾਤੀ, ਹਰ ਕਬਰਾਂ ਇਸਲਾਮ 'ਚ ਹਰਾਮ ਨੇ। ਅਤੇ ਜੇ ਅਗਰ ਜਿਹੜੀਆਂ ਪਹਿਲਾਂ ਵੀ ਪੋਸਟ ਪਾਈ ਸੀ ਵੀ ਜੇ ਇਹ ਇੱਦਾਂ ਨਹੀਂ ਨਾ ਮੰਨਣਗੇ ਫਿਰ ਬਹੁਤ ਦਿੱਕਤ ਖੜੀ ਹੋ ਜਾਵੇ। ਸੋ ਜਿਹੜੇ ਮੇਰੇ ਈਸਾਈ ਭਰਾ ਚੰਗੇ ਨੇ ਉਹ ਆਪਣੇ ਮੂਰਖਾਂ ਨੂੰ ਆਪੇ ਹੀ ਠੱਲ ਪਾ ਲਓ, ਨਹੀਂ ਤਾਂ ਜਿਹੜੀ ਹੁਣ ਫੋਟੋ ਪਾਈ ਹੈ ਜਿਹਦੇ ਜੇਕਬ ਸ਼ਿਵਲਿੰਗ ਦੇ ਤੇਲ ਚੜਾ ਰਿਹਾ, ਫਿਰ ਤੁਸੀਂ ਸਾਰੇ ਹਿੰਦੂ ਸਾਬਤ ਹੋਵੋਗੇ, ਬਾਈਬਲ 'ਚ ਕਿੱਥੋਂ ਕੱਢੋਗੇ ਤੁਸੀਂ ਜੇਕਬ ਨੂੰ ਬਾਹਰ? ਕਿਉਂਕਿ ਜੇਕਬ ਤਾਂ ਸ਼ਿਵਲਿੰਗ ਦੇ ਤੇਲ ਚੜਾ ਰਿਹਾ। ਉਹ ਫੋਟੋ ਮੈਂ ਪਾਈਆਂ ਨੈੱਟ ਦੇ ਉੱਤੇ, ਕਿਸੇ ਕੋਲ ਪਈਆਂ ਹੋਣਗੀਆਂ ਸ਼ਾਇਦ ਸਾਡੇ ਗਰੁੱਪ ਦੇ ਵਿੱਚ ਕਿਤੇ ਨਾ ਕਿਤੇ। ਜੇਕਬ ਤਾਂ ਸ਼ਿਵਲਿੰਗ ਨੂੰ ਤੇਲ ਦੇ ਰਿਹਾ, ਤਾਂ ਫਿਰ ਤੁਸੀਂ ਤਾਂ ਸਾਰੇ ਜਿਹੜੇ ਨੇ ਬਹੁਤ ਮੁਸ਼ਕਿਲ 'ਚ ਖੜੇ ਹੋ ਜਾਓ। ਇਸ ਕਰਕੇ ਮੈਂ ਪਿਆਰ ਨਾਲ ਬੇਨਤੀ ਕਰ ਰਿਹਾ ਵੀ ਬਾਣੀ ਦੇ ਸਿੰਘ ਸਾਹਿਬ ਉਹ ਆਖਿਆ ਜੋ ਬਾਈਬਲ 'ਚ ਲਿਖਿਆ, ਤੁਸੀਂ ਕੇਸ ਕਰਤਾ, ਤੁਸੀਂ ਇਸ ਗੁਰਬਾਣੀ ਦੇ ਗਲਤ ਅਰਥ ਕਰ ਰਹੇ ਹੋ, ਅਤੇ ਅਸੀਂ ਤੁਹਾਡੇ ਹੁਣ ਕੀ ਕਰੀਏ? ਦੂਸਰਾ, ਸਾਰੇ ਅਸੀਂ ਜੇ ਤੁਸੀਂ ਨਹੀਂ ਹਟੇ ਤਾਂ ਅਸੀਂ ਇੱਕ ਵੱਡੀ ਮੁਹਿੰਮ ਛੇੜਾਂਗੇ ਕਿ ਜਿੰਨੇ ਈਸਾਈ ਨੇ ਆਪਣਾ ਨਾਮ ਆਪਣਾ ਧਰਮ ਆਧਾਰ ਕਾਰਡਾਂ 'ਤੇ ਬਦਲੋ, ਫਿਰ ਤੁਸੀਂ ਸਾਰੇ ਮੁਸ਼ਕਿਲ 'ਚ ਆ ਜਾਓਗੇ, ਕਿਉਂਕਿ ਫਿਰ ਜਿਹੜੇ ਐਸ ਸੀ ਕੋਟਾ ਤੁਹਾਡਾ ਉਹ ਖਤਮ ਹੋ ਜਾਏਗਾ, ਅਤੇ ਫਿਰ ਦਿੱਕਤ ਖੜੀ ਹੋ ਜਾਏਗੀ ਸਾਰਿਆਂ ਵਾਸਤੇ।
ਸੋ ਜਿੱਦਾਂ ਤੁਸੀਂ ਆਪਣਾ ਕੂੜ ਪ੍ਰਚਾਰ ਚਲਾਈ ਜਾਂਦੇ ਹੋ ਚਲਾਈ ਚਲੋ, ਕੋਈ ਦਿੱਕਤ ਨਹੀਂ ਹੈ, ਕਿਉਂਕਿ ਖੁਆਰ ਹੋਏ ਸਭ ਮਿਲੇਂਗੇ ਬੱਚੇ ਸ਼ਰਨ ਜੋ ਹੋਏ ਜਿਹੜੇ ਆ ਜਾਣਗੇ ਸਾਡੀ ਸ਼ਰਨ ਦੇ ਵਿੱਚ ਐਂਡ ਤੇ ਵੱਜਣਗੇ। ਮੈਂ ਨਹੀਂ ਕਹਿ ਰਿਹਾ, ਗੁਰਬਾਣੀ ਕਹਿ ਰਹੀ ਹੈ, ਇਕੱਲੀ ਗੁਰਬਾਣੀ ਨਹੀਂ ਕਹਿ ਰਹੀ, ਇਜਿਪਸ਼ੀਅਨ ਸਕ੍ਰਿਪਚਰ ਕਹਿ ਰਹੇ ਨੇ, ਇਜਿਪਤ ਜਿਹੜੀ ਬਹੁਤ ਮੋਸਟ ਸਿਵਲਾਈਜੇਸ਼ਨ ਵਰਲਡ ਕਹਿ ਰਹੀ ਹੈ, ਇਜਿਪਸ਼ੀਅਨ ਸਕ੍ਰਿਪਚਰ ਕਹਿ ਰਹੇ ਨੇ, ਓਲਡ ਟੈਸਟਾਮੈਂਟ ਕਹਿ ਰਹੀ ਹੈ, ਨਿਊ ਟੈਸਟਾਮੈਂਟ ਕਹਿ ਰਹੀ ਹੈ, ਔਰ ਮੈਂ ਬਹੁਤ ਛੇਤੀ ਇਹਦੇ ਬਾਰੇ ਮੈਂ ਸਬੂਤ ਪੇਸ਼ ਕਰਾਂਗਾ। ਜਿਹੜੇ ਬਿਬਲੀਕਲ ਸਕਾਲਰ ਜਿਹੜੇ ਅੱਜ ਇੱਕ ਨਿਸ਼ਾਨ ਲੱਭ ਰਹੇ ਨੇ, ਇੱਕ ਸਿੰਬਲ ਲੱਭ ਰਹੇ ਨੇ, ਦੁਨੀਆ ਜਦ ਅਗਲਾ ਐਰਾ ਆ ਰਿਹਾ ਉਹ ਕਿਹਦਾ ਆ ਰਿਹਾ, ਉਹ ਸਿੰਬਲ ਕਿਸੇ ਨੂੰ ਸਮਝ ਨਹੀਂ ਆ ਰਿਹਾ, ਉਹ ਸਿੰਬਲ ਸਾਡੇ ਕੋਲ ਹੈਗਾ ਜਦੋਂ ਦਿਖਾਵਾਂਗੇ। ਅਤੇ ਜਿਹੜੇ ਬੜੇ ਬੜੇ ਮੈਂ, ਕਿਉਂਕਿ ਉਹ ਇਸ ਤਰ੍ਹਾਂ ਪਾਉਣ ਵਾਲਾ ਨਹੀਂ ਹੈ, ਜਦ ਕੋਸ਼ਿਸ਼ ਕਰ ਰਿਹਾ ਮੀਟਿੰਗ ਰੱਖਣ ਦੀ, ਇੱਕ ਮੈਂ ਉਹਨਾਂ ਸਕਾਲਰਸ ਦੇ ਨਾਲ ਉੱਥੋਂ ਗੱਲ ਅਸੀਂ ਡਿਸਕਲੋਜ਼ ਕਰਾਂਗੇ ਵੀ ਉਹ ਜਿਹੜਾ ਅਗਲਾ ਐਰਾ ਆ ਰਿਹਾ ਉਹ ਸਾਡਾ ਆ ਰਿਹਾ। ਸੋ ਆਉਣਾ ਤੁਹਾਨੂੰ ਵਾਪਸ ਇੱਥੇ ਹੀ ਪੈਣਾ। ਅਤੇ ਸੋ ਮੈਂ ਚਾਹੁੰਦਾ ਵੀ ਜਿਹੜੇ ਵੀ ਈਸਾਈ ਵੀਰ ਬਣਦੇ ਨੇ ਉਹ ਚੰਗੇ ਈਸਾਈ ਬਣੋ। ਦੇਖੋ ਜਿਹੜਾ ਸਾਡਾ ਰੱਬ ਹੈ ਉਹ ਇੰਨਾ ਬਲਸ਼ਾਲੀ ਹੈ, ਉਹ ਜੇ ਕਿਸੇ ਨੂੰ ਹਿੰਦੂ ਬਣਾ ਕੇ ਭੇਜਦਾ ਤਾਂ ਅਸੀਂ ਕਹਿੰਦੇ ਤੂੰ ਗੁਰਬਾਣੀ ਕਹਿੰਦੀ ਤੂੰ ਹਿੰਦੂ ਰਹਿ, ਜੇ ਤੂੰ ਪੰਡਿਤ ਨਾ ਸੋ ਪੰਡਿਤ ਜੋ ਮਨ ਪ੍ਰਭੂ ਦੇ ਰਾਮ ਨਾਮ ਮਾਤਰ ਨਾ ਸੋਦੇ ਤੂੰ ਬਹੁਤ ਅੱਛਾ ਪੰਡਿਤ ਰਹਿ, ਜੇ ਤੂੰ ਮੁਸਲਮਾਨ ਹੈ ਤਾਂ ਬਹੁਤ ਅੱਛਾ ਮੁਸਲਮਾਨ ਹੋ, ਜੇ ਤੂੰ ਈਸਾਈਆਂ ਤਾਂ ਬਹੁਤ ਅੱਛਾ ਈਸਾਈ ਹੋ, ਜੇ ਤੂੰ ਬੁੱਧਿਸਟ ਤਾਂ ਬਹੁਤ ਅੱਛਾ ਬੁੱਧ ਹੋ, ਧਿਆਨ ਵਿੱਚ ਉੱਤਰ। ਸਾਡਾ ਰੱਬ ਬਹੁਤ ਵੱਡਾ ਹੈ, ਬਹੁਤ ਬਲਸ਼ਾਲੀ ਹੈ, ਸਾਡਾ ਰੱਬ ਨਪੁੰਸਕ ਨਹੀਂ ਹੈ, ਸਾਡਾ ਰੱਬ ਕਮਜ਼ੋਰ ਨਹੀਂ ਹੈ ਕਿ ਉਹਨੇ ਬੰਦਾ ਕਿਸੇ ਹੋਰ ਭੇਜਤਾ ਫਿਰ ਉਹਨੇ ਬੰਦੇ ਹਰ ਕਿਤੇ ਵੀ ਜਾਓ ਉਹਨੂੰ ਮੇਰੇ ਕੋਲ ਲੈ ਕੇ ਆਓ ਈਸਾਈ ਬਣਾਓ ਉਹਨੂੰ। ਇਹ ਸਾਡਾ ਜਿਹੜਾ ਰੱਬ ਹੈ ਅਨਪੁੰਸਕ ਨਹੀਂ ਹੈ, ਕਮਜ਼ੋਰ ਨਹੀਂ ਹੈ, ਅਪਾਹਜ ਨਹੀਂ ਹੈ, ਪਿੰਗਲਾ ਨਹੀਂ ਹੈ ਕਿ ਪਹਿਲਾਂ ਉਹ ਗਲਤੀ ਨਾਲ ਬੰਦਾ ਸਿੱਖ ਦੇ ਘਰ ਭੇਜਦਾ ਫਿਰ ਪਿੱਛੇ ਲੰਡੂ ਜੇ ਈਸਾਈ ਭੇਜੇ ਵੀ ਉਹਨੂੰ ਵਾਪਸ ਵੀ ਬਣਾ ਕੇ ਲਿਆਓ ਆਪਣੇ ਕੋਲ ਈਸਾਈ ਬਣਾਓ, ਇੱਦਾਂ ਦਾ ਨਹੀਂ ਹੈ। ਸੋ ਜਿਹੜੇ ਵੀ ਧਰਮ ਪਰਿਵਰਤਨ 'ਚ ਵਿਸ਼ਵਾਸ ਰੱਖਦੇ ਨੇ, ਕਨਵਰਜਨ 'ਚ ਵਿਸ਼ਵਾਸ ਰੱਖਦੇ ਨੇ, ਉਹਨਾਂ ਦਾ ਵਿਸ਼ਵਾਸ ਉਹਨਾਂ ਦੇ ਰੱਬ ਦੇ ਵਿੱਚ ਨਹੀਂ ਹੈ। ਜੇ ਰੱਬ ਚਾਹੁੰਦਾ ਕਿ ਕੋਈ ਮੁਸਲਮਾਨ ਬਣੇ ਤਾਂ ਉਹਨੇ ਮੁਸਲਮਾਨ ਦੇ ਘਰ ਪੈਦਾ ਕਰਨਾ ਸੀ, ਜੇ ਰੱਬ ਚਾਹੁੰਦਾ ਸਾਰਾ ਸੰਸਾਰ ਮੁਸਲਮਾਨ ਬਣੇ ਤਾਂ ਉਹ ਰੱਬ, ਜੇ ਉਹਨਾਂ ਦੇ ਰੱਬ ਇਹ ਚਾਹੁੰਦਾ ਤਾਂ ਉਹ ਸਾਰਿਆਂ ਨੂੰ ਘਰ ਬੱਚੇ ਪੈਦਾ ਕਰਨੇ ਬੰਦ ਕਰਦੇ ਸੀ, ਮੁਸਲਮਾਨਾਂ ਘਰ ਹੀ ਬੱਚੇ ਪੈਦਾ ਹੋਣ ਨਾ। ਫਿਰ ਜੇ ਰੱਬ ਚਾਹੁੰਦਾ ਸਾਰੇ ਈਸਾਈ ਬਣ ਤਾਂ ਸਿੱਖਾਂ ਹਿੰਦੂਆਂ ਘਰ ਬੱਚੇ ਪੈਦਾ ਹੋਣੇ ਬੰਦ ਹੋ ਜਾਣ, ਸਿਰਫ ਈਸਾਈਆਂ ਘਰ ਬੱਚੇ ਪੈਦਾ ਹੋਣ ਜੇ ਰੱਬ ਚਾਹੁੰਦਾ। ਜੇ ਤੁਹਾਡਾ ਰੱਬ ਇਹ ਚਾਹੁੰਦਾ ਤਾਂ ਕਰ ਕੁਛ ਨਹੀਂ ਪਾ ਰਿਹਾ, ਫਿਰ ਨਪੁੰਸਕ ਰੱਬ ਹੈ। ਦੂਸਰੀ ਗੱਲ ਇਹ, ਬਾਈਬਲ ਦੇ ਵਿੱਚ ਤੁਸੀਂ ਕਿਤੇ ਵੀ ਵਨ ਗੋਡ ਦਾ ਕੋਨਸੈਪਟ ਨਹੀਂ ਹੈਗਾ। ਜਿਹੜੀ ਹੀਬਰੂ ਜਿਹੜੇ ਪੁਰਾਣੇ ਸਕ੍ਰਿਪਚਰਸ ਨੇ, ਜਿਹੜੀ ਔਥੈਂਟਿਕ ਬਾਈਬਲ ਹੈ, ਜਿਹੜੀ ਇਹਦੀਆਂ ਮੈਂ ਪੋਸਟਾਂ ਸਿੰਘਾਂ ਨੂੰ ਭੇਜੀਆਂ ਹੋਈਆਂ ਨੇ ਅਤੇ ਘੱਟੋ ਘੱਟ ਬਾਹਰ ਤੋਂ ਉੱਪਰ ਸਬੂਤ ਨੇ ਪੁਰਾਣੇ, ਜਿਹੜੇ ਤੁਹਾਨੂੰ ਨੈੱਟ 'ਤੇ ਤਾਂ ਨਹੀਂ ਲੱਭਣਗੇ, ਗੂਗਲ 'ਤੇ ਨਹੀਂ ਲੱਭਣਗੇ, ਉਹ ਚੀਜ਼ ਕਿਤਾਬਾਂ ਸਾਡੇ ਘਰੇ ਪਈਆਂ ਹੋਈਆਂ ਜਿਹੜੀਆਂ। ਸੋ ਮੈਂ ਬੇਨਤੀ ਕਰਾਂਗਾ ਵੀ ਤੁਸੀਂ ਆਪਣੀ ਜਿਹੜੀ ਬਕਵਾਸਬਾਜ਼ੀ ਬੰਦ ਕਰ ਲਓ, ਆਪਣੇ ਜਿੰਨੇ ਵੀ ਤੁਹਾਡੇ ਕੂੜ ਪ੍ਰਚਾਰਕ ਤੁਰੇ ਫਿਰਦੇ ਨੇ ਇਹਨਾਂ ਨੂੰ ਰੋਕ ਲਓ, ਨੱਥ ਪਾ ਲਓ। ਰੱਬ ਨਾ ਕਰੇ ਕਿਤੇ ਉਹ ਸਾਰੀਆਂ ਗੱਲਾਂ ਖੋਲ੍ਹਣੀਆਂ ਪੈ ਗਈਆਂ, ਅਤੇ ਕਿਉਂਕਿ ਹੁਣ ਤਾਂ ਜਿਹੜੀ ਨਵੀਆਂ ਰਿਸਰਚਸ ਹੋ ਰਹੀਆਂ ਨੇ ਦੁਨੀਆਂ ਦੀ, ਟੋਟਲ ਕ੍ਰਿਸਚੈਨਿਟੀ ਉਹ ਖਤਰੇ 'ਚ ਆਈ ਹੋਈ ਹੈ, ਅਤੇ ਤੁਹਾਡੀ ਤਾਂ ਔਕਾਤ ਹੀ ਕੀ ਹੈ। ਤੁਸੀਂ ਸਾਨੂੰ ਕਹਿ ਰਹੇ ਹੋ ਵੀ ਉਹ ਪਰਮੇਸ਼ੁਰ ਹੈ, ਯੀਸ਼ੂ ਪਰਮੇਸ਼ੁਰ ਹੈ, ਇਹ ਤੁਸੀਂ ਜਿਨ੍ਹਾਂ ਦਾ ਧਰਮ ਹੈ ਯਹੂਦੀਆਂ ਦਾ, ਜੂਡੀਜ਼ਮ ਜਿਹੜਾ ਉਹ ਤਾਂ ਇਹਨੂੰ ਮੰਨ ਨਹੀਂ ਰਿਹਾ, ਉਹ ਤਾਂ ਇਹਨੂੰ ਰੱਬ ਨਹੀਂ ਨਾ ਮੰਨਦਾ, ਉਹ ਕਿਹਨੂੰ ਮੰਨਦਾ ਉਹ ਦੱਸੋ, ਉਹਨਾਂ ਦੇ ਰੱਬ ਦਾ ਨਾਂ ਕੀ ਹੈ ਉਹ ਦੱਸੋ, ਤੁਹਾਨੂੰ ਤਾਂ ਵੀ ਨਹੀਂ ਪਤਾ ਹੋਣਾ। ਨਿਊ ਟੈਸਟਾਮੈਂਟ ਦੇ ਜਿਹੜੇ ਧੱਕੇ ਨਾਲ ਜਿਹੜੇ ਵਰਸਿਸ ਵਾਰੀਆਂ ਹੋਈਆਂ ਨੇ ਓਲਡ ਟੈਸਟਾਮੈਂਟ ਦੇ ਵਿੱਚੋਂ ਸਾਰੀ ਜਿਹੜੀ ਰਿਸਰਚ ਪਈ ਹੋਈ ਹੈ, ਕਿਉਂਕਿ ਜਦੋਂ ਅਸੀਂ ਪੜ੍ਹਾਉਂਦੇ ਹਾਂ ਅਸੀਂ ਦੋਨੋਂ ਚੀਜ਼ਾਂ ਪੜ੍ਹਾਉਂਦੇ ਬੱਚਿਆਂ ਨੂੰ ਆਪਣੇ ਨੂੰ ਬਈ ਦੇਖੋ ਤਾਂ ਬੈਲੈਂਸ ਕਰਕੇ ਦੇਖੋ ਇਸ ਚੀਜ਼। ਔਰ ਪਿਛਲੀ ਲਾਸਟ ਜਿਹੜੀ ਵੀਡੀਓ ਸੀ ਉਹ 'ਚ ਮੇਰੇ ਬੇਟੇ ਨੇ ਸਵਾ ਘੰਟੇ 'ਚ ਨੀਰੀਆਂ ਲਿਆਉਂਦੀਆਂ ਸੀਗੀਆਂ, ਉਦੋਂ ਸਾਰੀ ਉਮਰ ਮੈਂ 10-12 ਸਾਲ ਦੀ ਸੀ ਉਹਦੀ। ਸੋ ਮੇਰਾ ਜਿਹੜਾ ਦੂਸਰਾ ਬੇਟਾ ਹੈ ਜਿਹੜਾ ਮੈਂ ਗੋਦ ਲਿਆ, ਜਿਹੜਾ ਮੈਨੂੰ ਇਹਦਾ ਉਹ ਕ੍ਰਿਸਚਨ ਹੈ, ਉਹ ਬਾਈਬਲ ਪੜ੍ਹ ਰਿਹਾ, ਬੜੀ ਅੱਛੀ ਤਰ੍ਹਾਂ ਬਾਈਬਲ ਪੜ੍ਹ ਰਿਹਾ ਉਹ, ਔਰ ਮੈਂ ਉਹਨੂੰ ਬਾਈਬਲ ਖੁਦ ਪੜ੍ਹਾ ਰਿਹਾ। ਸੋ ਇਹ ਧਰਮ ਨਹੀਂ ਮਾੜਾ,
ਪਰ ਜਿਹੜੀਆਂ ਤੁਹਾਡੀਆਂ ਕਰਤੂਤਾਂ ਮਾਰੀਆਂ ਨੇ ਨਾ ਉਹ ਇਸ ਧਰਮ ਨੂੰ ਖਤਰੇ 'ਚ ਪਾਉਣਗੀਆਂ। ਸੋ ਮੈਂ ਚਾਹੁੰਦਾ ਅਗਰ ਪੰਜਾਬ ਤੁਸੀਂ ਕ੍ਰਿਸਚੀਅਨਿਟੀ ਫੈਲਾਉਣੀ ਹੈ ਤਾਂ ਪਿਆਰ ਨਾਲ ਫੈਲਾਓ, ਅੱਛੇ ਕ੍ਰਿਸਚਨ ਲਿਆਓ, ਚੰਗੇ ਕ੍ਰਿਸਚਨ ਬਣਾਓ, ਤਾਂ ਕਿ ਜਦੋਂ ਸਮਾਂ ਬਦਲੇ ਜਦੋਂ ਉਹ ਸਿੱਖ ਬਣਨ ਤਾਂ ਚੰਗੇ ਸਿੱਖ ਬਣਨ। ਕਿਉਂਕਿ ਇਹ ਜੋ ਤੁਸੀਂ ਡਰਾਮੇਬਾਜ਼ੀ ਕਰਦੇ ਹੋ ਇਹ ਜਦੋਂ ਕਿਉਂਕਿ ਖੁਆਰ ਹੋਏ ਸਭ ਮਿਲੇਂਗੇ, ਇਹ ਖੁਆਰੀ ਹੋ ਗਏ ਸਭ ਨੇ ਇੱਥੇ ਆਉਣਾ, ਕਿਉਂਕਿ ਜਿਹੜਾ ਸਰਕਲ ਹੈ ਇਹ ਘੁੰਮ ਰਿਹਾ ਹੈ ਅਤੇ ਜਿੱਥੇ ਸਰਕਲ ਖਤਮ ਹੋਣਾ ਆ ਕੇ ਉੱਥੋਂ ਅਸੀਂ ਸ਼ੁਰੂ ਹੋਣਾ ਅੱਗੇ ਚੱਲ ਕੇ ਫਿਰ। ਅਤੇ ਉਹ ਜਿਹੜੇ ਉਹਦੇ ਨਿਸ਼ਾਨੀਆਂ ਨੇ ਉਹ ਇਜਿਪਸ਼ਨ ਸਕ੍ਰਿਪਚਰ 'ਚ ਪਈਆਂ ਹੋਈਆਂ ਨੇ, ਓਲਡ ਟੈਸਟਮੈਂਟ 'ਚ ਪਈਆਂ ਹੋਈਆਂ ਨੇ, ਨਿਊ ਟੈਸਟਮੈਂਟ 'ਚ ਪਈਆਂ ਹੋਈਆਂ ਨੇ, ਇਹਦੇ ਬਹੁਤ ਸਾਰੇ ਤੁਹਾਨੂੰ ਜਿਹੜੇ ਸਬੂਤ ਸਮੀਰੀਅਨ ਜਿਹੜੇ ਕਲਚਰਸ ਨੇ ਏਸ਼ੀਅਨ ਉਹਨਾਂ ਤੋਂ ਲੱਭ ਜਾਣਗੇ। ਪਰ ਕਿਉਂਕਿ ਉਹਨਾਂ ਨੇ ਸਾਡੀ ਖੋਜ ਨਹੀਂ ਕੀਤੀ, ਅਸੀਂ ਲੋਕਾਂ ਨੂੰ ਦੱਸ ਨਹੀਂ ਸਕੇ, ਇਸ ਕਰਕੇ ਉਹ ਚੀਜ਼ਾਂ ਜਿਹੜੀਆਂ ਰਹਿ ਗਈਆਂ ਨੇ। ਸੋ ਬੇਨਤੀ ਇਹ ਹੈ ਵੀ ਚੰਗੇ ਈਸਾਈ ਬਣਾਓ, ਤਾਂ ਕਿ ਜਦੋਂ ਆਉਣ ਵਾਲੇ ਸਮੇਂ ਚੰਗੇ ਸਿੱਖ ਫਿਰ ਬਣਨ ਵਿਚਾਰੇ ਅਤੇ ਉਹ ਇੱਕ ਚੰਗੇ ਲੋਕ ਹੋਣ। ਤੁਸੀਂ ਜਿਹੜੀਆਂ ਡਰਾਮੇਬਾਜ਼ੀਆਂ ਕਰ ਰਹੇ ਹੋ, ਜਿਹੜੀਆਂ ਬੀਬੀਆਂ ਤੁਸੀਂ ਭੂਤ ਭਤ ਕਰ ਵਿਖਾਉਂਦੇ ਹੋ ਉੱਥੇ, ਅਕੋਰਡਿੰਗ ਟੂ ਬਾਈਬਲ ਬੀਬੀ ਦੇ ਚਰਚ ਵਿੱਚ ਅਲਾਊਡ ਹੀ ਨਹੀਂ ਹੈ। ਇਹਦੇ ਵਰਸਿਸ ਮੈਂ ਤੁਹਾਨੂੰ ਦੇਵਾਂਗਾ ਸਾਰੇ, ਮੇਰੀ ਪੁਰਾਣੀ ਵੀਡੀਓ ਮੈਂ ਦਿੱਤੇ ਵੀ ਹੋਏ ਨੇ। ਸੋ ਮੈਨੂੰ ਨਾ ਛੇੜੋ ਹੈ ਨਾ, ਮੈਂ ਬਹੁਤ ਚੁੱਪ ਆਪਣੇ ਪਾਠ ਕਰ ਰਿਹਾ, ਆਪਣੇ ਆਨੰਦ 'ਚ ਬੈਠਾ, ਮੈਂ ਫੇਸਬੁੱਕ ਬੰਦ ਕੀਤੀ ਹੋਈ ਹੈ, ਅਰੁਣ ਮੇਰਾ ਕਿਸੇ ਨਾ ਕੁਛ ਲੈਣ ਦੇਣ ਨਹੀਂ ਹੈ, ਪਰ ਜੇ ਤੁਸੀਂ ਨਹੀਂ ਹਟੋਗੇ ਨਾ ਫਿਰ ਮੁਸ਼ਕਿਲ ਖੜੀ ਹੋ ਜਾਏਗੀ। ਸੋ ਮੇਰੇ ਸਾਰੇ ਸਾਈ ਭਰਾਵਾਂ ਨੂੰ ਬੇਨਤੀ ਹੈ ਹੱਥ ਬੰਨ ਕੇ ਬੜੇ ਪਿਆਰ ਨਾਲ, ਵੀ ਆਹ ਜਿਹੜਾ ਉੱਲੂ ਦਾ ਪੱਠਾ ਲੱਗਾ ਪੁਨਰਾਸ਼ਸ ਦਾ ਘਾਟਾ ਸੀ, ਸਾਹਿਬ ਤੁਹਾਨੂੰ ਹਿੰਦੂ ਬਣਾ ਦੇਗਾ, ਕਿਉਂਕਿ ਉਹਦੇ ਵਿੱਚ ਦੇਖੋ ਪਿੱਛੇ ਚੰਡੀ ਲੜ ਰਹੀ ਹੈ, ਫਿਰ ਉਹ ਆਵਾਹਨ ਕਰਦੀ ਮਹਾਂਕਾਲ ਦਾ। ਸੋ ਇਹ ਕਹਾਣੀ ਲਈ ਹੋਈ ਹੈ, ਅਸੀਂ ਹਿੰਦੂ ਸਕ੍ਰਿਪਚਰ ਦੇ ਵਿੱਚ ਗੱਲ ਕੀਤਾ ਨੇ ਉਹਨਾਂ ਨੂੰ ਸੁਣਾਉਣ ਵਾਸਤੇ, ਵੀ ਤੁਹਾਡੇ ਪੁਰਖੇ ਲੜਦੇ ਸੀ, ਤੁਸੀਂ ਸ਼ਸਤਰ ਚੱਕੋ, ਤੁਸੀਂ ਸ਼ਸਤਰਧਾਰੀ ਹੋਵੋ, ਇਹ ਮੁਗਲਾਂ ਦੇ ਖਿਲਾਫ ਖੜੇ ਹੋਵੋ, ਇਸੇ ਤਰ੍ਹਾਂ ਸਾਡੀ ਫੌਜ ਬਣੀ ਬੜੀ ਬੜੀ ਖਾਲਸਾ ਅਕਾਲ ਪੁਰਖ ਦੀ ਫੌਜ। ਅਤੇ ਤੁਸੀਂ ਜਿਹਨੂੰ ਦਾਸ ਕਹਿੰਦੇ ਹੋ ਨਾ, ਉਹ ਕਹਿੰਦੇ ਨੇ ਮੈਂ ਹੋਂ ਪਰਮ ਪੁਰਖੋ ਦਾਸ, ਮੈਂ ਦਾਸ ਤਾਂ ਹਾਂ ਉਹਦਾ, ਪਰ ਦੇਖਣ ਆਇਓ ਜਗਤ ਤਮਾਸ਼ਾ। ਤਮਾਸ਼ਾ ਉਹ ਦੇਖਦਾ ਜੋ ਤਮਾਸ਼ੇ ਦਾ ਹਿੱਸਾ ਨਹੀਂ ਹੁੰਦਾ, ਜਿਹੜਾ ਤਮਾਸ਼ਾ ਦੇਖਦਾ ਨਾ ਉਹ ਤਮਾਸ਼ੇ ਦਾ ਹਿੱਸਾ ਨਹੀਂ ਹੁੰਦਾ ਅਤੇ ਕਿੱਲ ਵਜਨ 'ਤੇ ਰੋਂਦਾ ਨਹੀਂ ਹੈ। ਤੁਹਾਡੇ ਈਸਾਈ ਇਹ ਕਹਿ ਰਹੇ ਨੇ ਵੀ ਗੁਰਬਾਣੀ 'ਚ ਕਹਿ ਰਹੇ ਵੀ ਹਮ ਪਾਪੀ ਤੋਂ ਬਖਸ਼ਣਾ, ਗੁਰੂ ਸਾਹਿਬ ਆਪਣੇ ਪਾਪੀ ਕਹਿ ਰਹੇ ਨੇ, ਅਤੇ ਈਸਾ ਕਹਿੰਦਾ ਮੇਰੇ 'ਚ ਪਾਪ ਲੱਭ ਕੇ ਦਿਖਾਓ, ਇਹੋ ਈਸਾ ਦਾ ਸਭ ਤੋਂ ਵੱਡਾ ਪਾਪ ਹੈ ਹੰਕਾਰ ਕਿ ਮੇਰੇ 'ਚ ਪਾਪ ਲੱਭ ਕੇ ਦਿਖਾਓ। ਸੋ ਨਾ ਸਾਡਾ ਮੂੰਹ ਖਿਲਾਓ, ਬੜੇ ਪਿਆਰ ਨਾਲ ਬੇਨਤੀ ਕਰ ਰਹੇ, ਤੁਸੀਂ ਗਲਤ ਬਾਈਬਲ ਫੜੀ ਹੋਈ ਹੈ, ਰੱਬ ਨਾ ਕਰੇ ਕਿ ਐਸਾ ਸਮਾਂ ਆਵੇ ਕਿ ਮੈਨੂੰ ਬੋਲਣਾ ਪੈ ਜੇ। ਅਤੇ ਜਿਵੇਂ ਬੇਨਤੀ ਕੀਤੀ ਕਿ ਤੁਸੀਂ ਇੱਕ ਗੋਡ ਸਾਬਿਤ ਨਹੀਂ ਕਰ ਸਕੋਗੇ ਪੂਰੀ ਬਾਈਬਲ ਦੇ ਵਿੱਚੋਂ, ਵੀ ਵਨ ਗੋਡ, ਜਿਹੜਾ ਇੱਕ ਗੋਡ ਦਾ ਕੋਨਸੈਪਟ ਬਾਈਬਲ ਦਾ ਹੈ ਨਹੀਂ ਗਾ, ਅਤੇ ਜੀ ਜੇ ਸਨ ਆਫ ਗੋਡ ਹੈ ਤਾਂ ਫਿਰ ਕਿਹੜੇ ਗੋਡ ਦਾ ਪੁੱਤਰ ਹੈ? ਇੰਨੇ ਤਾਂ ਗੋਡਾਂ ਦੀ ਉਹਦੇ ਭੀੜ ਪਈ ਹੋਈ ਹੈ, ਬਾਹਰ ਤੋਂ ਉੱਪਰ ਮੈਂ ਸਬੂਤ ਸਾਰੇ ਮੈਂ ਵਟਸਐਪ ਕਰ ਚੁੱਕਾ ਸਿੰਘਾਂ ਨੂੰ, ਇੰਨੇ ਗੋਡਸ ਦੀ ਭੀੜ 'ਚੋਂ ਕਿਹੜੇ ਗੋਡ ਦਾ ਪੁੱਤਰ ਹੈ ਫਿਰ? ਅਤੇ ਜਿਹੜਾ ਜਿਹਦੀ ਭਵਿੱਖਬਾਣੀ ਹੋਈ ਹੈ ਉਹ ਤਾਂ ਇਮੈਨੂਅਲ ਹੈ, ਉਹ ਜੀਸਸ ਨਹੀਂ ਹੈ। ਸੋ ਇਮੈਨੂਅਲ ਕਿੱਥੇ ਹੈ? ਅਤੇ ਇਹ ਕਿਹਨੇ ਪ੍ਰਮੋਟ ਕੀਤਾ? ਜਦ ਇਹਨੂੰ ਜੂਸ਼ ਘੇਰ ਕੇ ਇਹਨੂੰ ਲਾਹਨਤਾਂ ਪਾ ਰਹੇ ਨੇ, ਉਦੋਂ ਕੀ ਜਵਾਬ ਦੇ ਰਿਹਾ? ਸੋ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਮੈਂ ਨਹੀਂ ਕਰਨਾ ਚਾਹੁੰਦਾ, ਮੈਨੂੰ ਨਾ ਘਵਾਓ, ਅਤੇ ਆਪਣੇ ਆਪ ਤੁਸੀਂ ਆਪਣੇ ਲੰਡੂ ਪ੍ਰਚਾਰਕ ਸਾਂਭ ਲਓ। ਜੇ ਗਾਂਹ ਮੈਂ ਦੂਜੀ ਕੋਈ ਵੀਡੀਓ ਮਿਲੇਗੀ ਤਾਂ ਮੈਨੂੰ ਬਹੁਤ ਤਕਲੀਫ ਨਾਲ ਵਾਪਸ ਆਉਣਾ ਪਏਗਾ। ਜਿਹੜੇ ਮੇਰੇ ਭਰਾ ਨੇ ਈਸਾਈ ਜਿਹੜੇ ਅਸੀਂ ਗੱਲਾਂ ਬਾਤ ਆਪਸ ਰੋਜ਼ ਕਰਦੇ ਹਾਂ, ਅਤੇ ਫਿਰ ਉਹਨਾਂ ਨੂੰ ਮੈਨੂੰ ਫਿਰ ਪਹਿਲਾਂ ਮਾਫ਼ੀ ਮੰਗਣੀ ਪੈਂਦੀ ਹੈ ਨਾ। ਸੋ ਆਪਣੀ ਔਕਾਤ ਵਿੱਚ ਰਹੋ, ਜਿਹੜੀ ਤੁਸੀਂ ਗਲਤ ਟ੍ਰਾਂਸਲੇਸ਼ਨ ਫੜੀਆਂ ਹੋਈਆਂ ਨੇ ਉੱਦਾਂ ਹੀ ਪੜ੍ਹਾਈ ਚਲੋ, ਸਾਨੂੰ ਕੋਈ ਦਿੱਕਤ ਨਹੀਂ ਹੈ। ਬਾਬਾ ਬਖਸ਼ੀ ਸਿੰਘ ਜੀ ਬਿਲਕੁਲ ਉਹੀ ਗੱਲ, ਇਹਨਾਂ ਨੇ ਵੀ ਆਖੀ, ਪਰ ਇਹਨਾਂ ਨੂੰ ਕਾਰਨ ਨਹੀਂ ਪਤਾ ਵੀ ਕਾਰਨ ਕੀ ਹੈ, ਵੀ ਸਰਕਲ ਘੁੰਮ ਕਿੱਥੇ ਕਿਵੇਂ ਆਏਗਾ, ਕਿਉਂ ਆਏਗਾ, ਉਹਦੀ ਨਿਸ਼ਾਨੀਆਂ ਕਿੱਥੇ ਪਈਆਂ ਹੋਈਆਂ ਨੇ, ਕਿਉਂ ਓਲਡ ਸਕ੍ਰਿਪਚ ਜਿਹੜੇ ਸਕ੍ਰਿਪਚਰਸ ਦਾ ਜ਼ਿਕਰ ਹੋਇਆ ਪਿਆ ਸਾਡਾ ਨਾ। ਸੋ ਇਸ ਕਰਕੇ ਇਹ ਚੱਕਰ ਹੈ, ਜਿਹਨੂੰ ਲੱਭ ਰਹੇ ਨੇ ਉਹ ਅਸੀਂ ਹਾਂ, ਅਤੇ ਇਸ ਕਰਕੇ ਇਹਨਾਂ ਦਾ ਜਿਹੜਾ ਇਹ ਈਸਾਈ ਬਣਾਉਂਦੇ ਬਣੋ, ਕੋਈ ਦਿੱਕਤ ਨਹੀਂ, ਜਿਹੜਾ ਈਸਾਈ ਬਣਨਾ ਚਾਹੁੰਦਾ ਬਣੇ।
ਅੱਗੇ ਤਾਂ ਕਹਿੰਦੇ ਸੀ ਨੀਵੇਂ ਜੱਟਾਂ ਸਾਈ ਬਣਦੇ ਹੋ, ਜਿਨ੍ਹਾਂ ਨੇ ਸੈਪਾ ਪਾਇਆ ਉਹ ਸਾਰੇ ਜੱਟਾਂ ਦੇ ਮੁੰਡੇ ਨੇ। ਸੋ ਜਿਨ੍ਹਾਂ ਦੇ ਮਨ 'ਚ ਇਹ ਵੀ ਇਸ ਕਰਕੇ ਜਿਹੜੇ ਨਹੀਂ ਬੋਲਦੇ ਵੀ ਨੀਵੇਂ ਜੱਟ ਸਾਈ ਬਣਦੇ ਪਏ ਨੇ, ਹੁਣ ਮੁਸ਼ਕਿਲ ਉਹਨਾਂ ਵਾਸਤੇ ਖੜੀ ਕੋਈ ਜੱਟਾਂ ਦੇ ਮੁੰਡੇ ਉਹ ਪਾਸਟਰ ਬਣ ਕੇ ਰੌਲਾ ਪਾ ਰਹੇ ਨੇ ਨਾ। ਇਸ ਕਰਕੇ ਇਹਨੂੰ ਇਹਨੂੰ ਤੁਸੀਂ ਜਾਤ ਪਾਤ ਨਾਲ ਜੋੜ ਕੇ ਨਾ ਦੇਖੋ ਸਾਈ ਮਤ ਨੂੰ, ਇਹ ਸਾਰੇ ਇਹ ਬਣਦੇ ਪਏ ਨੇ ਕਿਉਂਕਿ ਸਾਡਾ ਪ੍ਰਚਾਰ ਜਿਹੜਾ ਉਹ ਬਹੁਤ ਔਖਾ ਹੈ, ਸਾਡਾ ਰਾਹ ਜਿਹੜਾ ਕਠਿਨ ਹੈ ਕਿਉਂਕਿ ਜਿਹੜਾ ਸੱਚ ਦਾ ਮਾਰਗ ਹੁੰਦਾ ਹਮੇਸ਼ਾ ਕਠਿਨ ਹੁੰਦਾ ਹੈ। ਸੋ ਕਿਸੇ ਨੂੰ ਪੁੰਨੀ ਬਣਾਉਣਾ ਸੌਖਾ, ਕਿਸੇ ਨੂੰ ਪਾਪੀ ਬਣਾਉਣਾ ਔਖਾ, ਇਸ ਕਰਕੇ ਧੜਾ ਧੜੀ ਸਾਈ ਬਣਦੇ ਪਏ ਨੇ। ਸੋ ਇਹਨਾਂ ਨੂੰ ਬੰਨ ਲੈਣ ਦਿਓ, ਇਹਨਾਂ ਵਾਸਤੇ ਸੌਖਾ ਕੰਮ ਹੈ, ਅਤੇ ਉਹ ਹੂਹਾਰਾ ਲਾ ਜੋ ਵੀ ਕਰਦੇ ਪਏ ਚਮਤਕਾਰ ਵਗੈਰਾ ਸਾਰੇ ਸ਼ੈਤਾਨ ਦਾ ਕੰਮ ਹੈ। ਤੋ ਇਹ ਸ਼ੈਤਾਨ ਮੰਨਦੇ ਨੇ, ਸ਼ੈਤਾਨ ਇਹਨਾਂ 'ਤੇ ਹਾਵੀ, ਇਸ ਕਰਕੇ ਇਹ ਸਾਰੇ ਜਿਹੜੇ ਸ਼ੈਤਾਨ ਦੇ ਉਪਾਸ਼ਕ ਨੇ, ਇਹਨਾਂ ਦਾ ਰੱਬ ਨਾਲ ਕੋਈ ਲੈਣ ਦੇਣ ਨਹੀਂ ਹੈ। ਇਹ ਮੈਂ ਨਹੀਂ ਕਹਿ ਰਿਹਾ, ਬਾਈਬਲ ਕਹਿ ਰਹੀ ਹੈ। ਉਹ ਵਰਸਿਸ ਮੈਂ ਜੇ ਮੰਗਣਗੇ ਮੈਂ ਦੇਣ ਨੂੰ ਤਿਆਰ ਹਾਂ, ਕਿੰਨੇ ਚਾਹੀਦੇ ਨੇ। ਸੋ ਮੇਰੀ ਬੇਨਤੀ ਇਹੋ ਵੀ ਜਿਹੜਾ ਪੁਨਰਾਸ਼ਕਾਰ ਪਾਗਲ ਜਿਹਾ ਲੱਗਾ ਹੋਇਆ, ਜਾਂ ਜਿਹੜੇ ਕਹਿੰਦੇ ਸ਼ਬਦੋ ਧਰਤੀ ਸ਼ਬਦੋ ਧਰਤੀ ਸ਼ਬਦੋ ਕਾਸ਼ ਸ਼ਬਦੋ ਸ਼ਬਦ, ਇਹ ਗੁਰਬਾਣੀ ਨਾਲ ਕੋਈ ਲੈਣ ਦੇਣ ਨਹੀਂ ਹੈ। ਅਤੇ ਉਹ ਸ਼ਬਦ ਜਿਹੜਾ ਹੈ ਇਹ ਜੀਜਸ ਨਹੀਂ ਹੈ, ਕਿਉਂਕਿ ਇਹਦੇ ਬਾਰੇ ਗੁਰਬਾਣੀ ਕਹਿੰਦੀ ਹੈ ਸੋ ਮੁੱਖ ਜਰੋ ਜਿਤ ਕਹੇ ਠਾਕੁਰ ਜੋਨੀ। ਉਹ ਮੁੱਖ ਸੜਦਾ ਕਿਉਂ ਨਹੀਂ ਹੈ ਜਿਹੜਾ ਕਹਿੰਦਾ ਪਰਮੇਸ਼ਰ ਜੋਨ ਚਾਹੁੰਦਾ? ਅਤੇ ਜੇ ਇਹ ਤੁਸੀਂ ਇਹਨੂੰ ਪਰਮੇਸ਼ਰ ਮੰਨਦੇ ਤੁਹਾਡੇ ਸਾਰੇ ਮੂੰਹ ਸੜਦੇ ਕਿਉਂ ਨਹੀਂ ਹੈ, ਤੁਹਾਡੇ ਕੀੜੇ ਕਿਉਂ ਨਹੀਂ ਪੈਂਦੇ ਜੇ ਤੁਸੀਂ ਪਰਮੇਸ਼ਰ ਨੂੰ ਜੋਨ 'ਚ ਉਤਾਰਦੇ ਹੋ? ਅਤੇ ਗੁਰਬਾਣੀ ਕਹਿੰਦੀ ਹੈ ਇਹ ਗਿਆਨੀ ਕਹਿੰਦੀ ਇਹਨਾਂ ਲੋਕਾਂ ਬਾਰੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਮੇਰੇ 'ਚ ਕੋਈ ਪਾਪ ਨਹੀਂ, ਜਿਹੜੇ ਆਪਣੇ ਕਹਿੰਦੇ ਮੈਂ ਪਰਮੇਸ਼ਰ ਹਾਂ, ਮੈਂ ਪਰਮੇਸ਼ਰ ਦਾ ਪੁੱਤ। ਜੀਸਸ ਨੇ ਕਿਤੇ ਨਹੀਂ ਕਿਹਾ ਕਿ ਮੈਂ ਪਰਮੇਸ਼ਰ ਹਾਂ, ਜੇ ਉਹਨੇ ਕਿਹਾ ਹੁੰਦਾ ਤਾਂ ਰੋਂਦਾ ਕਿਉਂ ਜਦੋਂ ਸਰੀਰ ਟੰਗਿਆ, ਮਾਈ ਗੋਡ ਵਾਈ ਹੈਵ ਯੂ ਫੋਰਸੇਕਨ ਮੀ, ਰੋਂਦਾ ਕਿ ਮੈਨੂੰ ਤੂੰ ਭੁੱਲ ਕਿਉਂ ਗਿਆ ਰੱਬਾ? ਫਿਰ ਉਹ ਕਿਹੜੇ ਰੱਬ ਨੂੰ ਰੋ ਰਿਹਾ? ਫਿਰ ਕਿੰਨੇ ਕੁ ਰੱਬ ਨੇ? ਜੇ ਇੱਕ ਮਾਂ 'ਚੋਂ ਪੈਦਾ ਹੋਣਾ ਉਹਨੂੰ ਰੱਬ ਬਣਾਉਂਦਾ, ਅਤੇ ਜਿਹੜਾ ਤੁਹਾਡਾ ਆਦਮ ਹੈ ਉਹਦੇ ਬਿਨਾਂ ਮਾਂ ਬਾਪ ਤੋਂ ਪੈਦਾ ਹੋਇਆ, ਉਹ ਫਿਰ ਬੜਾ ਵੱਡਾ ਰੱਬ ਹੋਏਗਾ। ਹਾਲਾਂਕਿ ਆਦਮ ਵਾਲੀ ਕਹਾਣੀ ਵੀ ਝੂਠੀ ਹੈ, ਉਹ ਹਿਬਰੂ ਬਾਈਬਲ 'ਚ ਮੈਂ ਤੁਹਾਨੂੰ ਉਹਦੇ ਵੀ ਮੈਂ ਦੇਵਾਂਗਾ ਜਿਹੜੇ ਰੈਫਰੈਂਸਿਸ ਨੇ। ਸੋ ਜਿਹੜਾ ਆਦਮ ਹੈ ਉਹਦਾ ਮਾਂ ਬਾਪ ਨਹੀਂ, ਉਹ ਤਾਂ ਵੱਡਾ ਰੱਬ ਹੈ। ਫਿਰ ਉਹ ਤੋਂ ਵੀ ਵੱਡਾ ਰੱਬ ਕੌਣ ਹੈ? ਕਿੰਗ ਆਫ ਸਲਾਮ, ਜਿਹਦਾ ਨਾ ਮਾਂ ਹੈ ਨਾ ਬਾਪ ਹੈ ਨਾ ਆਦ ਹੈ ਨਾ ਅੰਤ ਹੈ, ਉਹ ਤਾਂ ਫਿਰ ਰੱਬ ਹੀ ਬੜਾ ਵੱਡਾ ਹੋ ਗਿਆ, ਤੁਹਾਡੀ ਬਾਈਬਲ ਕਹਿ ਰਹੀ, ਮੈਂ ਨਹੀਂ ਕਹਿ ਰਿਹਾ। ਸੋ ਕਿੰਨੇ ਕੁ ਰੱਬ ਨੇ ਤੁਹਾਡੇ ਕੋਲ? ਜੀਸਸ ਕਿਹਦਾ ਪੁੱਤਰ ਹੈ? ਇਹ ਨਿਰਣੇ ਕੌਣ ਕਰੇਗਾ? ਤੇ ਜੇ ਸ਼ੈਤਾਨ ਉਸ ਵੇਲੇ ਦੁਨੀਆਂ ਦਾ ਰੱਬ ਹੈ ਤੇ ਜੀਸਸ ਫਿਰ ਉਹਦਾ ਕਿਤੇ ਪੁੱਤਰ ਤਾਂ ਨਹੀਂ ਹੈ? ਸੋ ਇਹ ਗੱਲਾਂ ਬਹੁਤ ਸਮਝ ਕੇ ਵਿਚਾਰ ਕੇ, ਤੁਹਾਡੇ ਕੋਲ ਜਿਹੜੀ ਬਾਈਬਲ ਹੈ ਤੁਸੀਂ ਨਾ ਪੜ੍ਹੀ ਹੈ ਨਾ ਤੁਹਾਨੂੰ ਪਤਾ ਹੈ, ਕੁਛ ਵਰਸ ਤੁਸੀਂ ਯਾਦ ਕੀਤੇ, ਥੋਰੋਲੀ ਬਾਈਬਲ ਤੁਹਾਨੂੰ ਕੋਈ ਹੈ ਨਹੀਂ, ਜਿਹੜੀ ਹੈਗੀ ਹੈ ਉਹ ਮਿਸਟ੍ਰਾਂਸਲੇਟਡ ਹੈ, ਰੋਂਗ ਟ੍ਰਾਂਸਲੇਸ਼ਨ ਹੋਈ ਹੈ, ਜਿਹੜੀ ਅਸਲੀ ਟ੍ਰਾਂਸਲੇਸ਼ਨਸ ਨੇ ਉਹ ਪਈਆਂ ਨੇ ਸਾਡੇ ਕੋਲ। ਸੋ ਰੱਬ ਨਾ ਕਰੇਗੀ ਸਮਾਂ ਆਵੇ ਅਤੇ ਮੈਂ ਚਾਹੁੰਦਾ ਕਿ ਸਾਰੇ ਪਰਾਲਮੇ ਕਰੀਏ ਪੰਜਾਬ, ਤੁਸੀਂ ਜਿੰਨੇ ਸਾਈ ਬਣਾਉਣੇ ਬਣਾਓ, ਤੁਹਾਨੂੰ ਖੁੱਲ੍ਹੀ ਛੁੱਟੀ, ਕੋਈ ਚੱਕਰ ਤੁਹਾਨੂੰ ਕੋਈ ਨਹੀਂ ਰੋਕਦਾ। ਪਰ ਜੇ ਤੁਸੀਂ ਸਾਡੇ ਧਰਮ ਦੇ ਉਂਗਲ ਚੱਕੋਗੇ, ਗੁਰੂ ਸਾਹਿਬਾਂ ਦੀ ਗੁਰਬਾਣੀ ਬਾਰੇ ਗਲਤ ਬੋਲੋਗੇ, ਤਾਂ ਫਿਰ ਜਵਾਬ ਦੇਣਾ ਪਏਗਾ ਨਾ ਫਿਰ ਜੀ। ਸੋ ਮੇਰੇ ਭਰਾ ਨੂੰ ਫਿਰ ਜਿਨ੍ਹਾਂ ਦਾ ਸੱਚੇ ਅੱਛੇ ਈਸਾਈ ਨੇ ਉਹਨਾਂ ਕੋਲ ਮੈਂ ਫਿਰ ਮਾਫ਼ੀ ਮੰਗਦਾ ਵੀ ਤੁਹਾਡਾ ਦਿਲ ਦੁਖਿਆ ਹੋਏਗਾ, ਅਤੇ ਤੁਸੀਂ ਆਪ ਹੀ ਇਹਨਾਂ ਕੰਜਰਾਂ ਨੂੰ ਠੱਲ ਪਾ ਲਓ। ਅਤੇ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।